ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪ ਸੰਗਤਾਂ ਦੇ ਨਾਲ ਸਤਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਬਹਾਪੁਰਖਾਂ ਦੇ ਜੀਵਨ ਦਾ ਭਾਗ 17ਵਾਂ ਸਾਂਝਾ ਕਰਾਂਗੇ ਸਨ 1976 ਨੂੰ ਜਥਾ ਭਲਾਈ ਨਗਰ ਪਹੁੰਚਿਆ ਹੋਇਆ ਸੀ ਅਤੇ ਇੱਥੇ 10 ਦਿਨਾਂ ਦਾ ਪ੍ਰੋਗਰਾਮ ਸੀ ਜਥੇ ਦਾ ਵਿਸ਼ਰਾਮ ਇੱਕ ਸਕੂਲ ਵਿਖੇ ਕੀਤਾ ਹੋਇਆ ਸੀ ਜਿਸ ਦੇ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਹੀ ਲੱਗਦਾ ਸੀ ਤਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਇੱਕ ਦਿਨ ਵਿੱਚ ਤਿੰਨ ਜਾਂ ਚਾਰ ਥਾਵਾਂ ਤੇ ਕਥਾ ਪ੍ਰਚਾਰ ਦੇ ਪ੍ਰੋਗਰਾਮ ਨਿਭਾਉਂਦੇ ਸਨ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਵੱਲੋਂ ਪ੍ਰਜੋਰ ਮੰਗ ਕਰਨ ਤੇ ਪ੍ਰੋਗਰਾਮ ਇਸ ਤੋਂ ਵੀ ਵੱਧ ਜਾਇਆ ਕਰਦੇ ਸਨ ਪਰ ਸ਼ਾਮ ਦਾ ਦਿਮਾਨ ਜਥੇ ਦੀ ਵਿਸ਼ਰਾਮ ਵਾਲੀ ਜਗ੍ਹਾ ਦੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਹੋਇਆ ਕਰਦਾ ਸੀ ਦਿਨੋ-ਦਿਨ ਭਾਰੀ ਗਿਣਤੀ ਵਿੱਚ ਸੰਗਤਾਂ ਕਥਾ ਅਤੇ ਕੀਰਤਨ ਸੁਣਨ ਦਾ ਲਾਹਾ ਲੈਂਦੀਆਂ ਸਨ ਕਈ ਗੁਰਸਿੱਖ ਬੇਨਤੀ ਕਰਕੇ ਸੰਤਾਂ ਮਹਾਂਪੁਰਖਾਂ ਨੂੰ ਆਪਣੇ ਘਰ ਵਿਖੇ ਜਲ ਪਾਣੀ ਆਦਿ ਛਕਾਉਣ ਲਈ ਬੁਲਾ ਲਿਆ ਕਰਦੇ ਸਨ ਇਸ ਸਮੇਂ ਵੀ ਸੰਤਾਂ ਦਾ ਇਹੀ ਖਿਆਲ ਹੁੰਦਾ ਕਿ ਵੱਧ ਤੋਂ ਵੱਧ ਗੁਰਸਿੱਖਾਂ ਨੂੰ ਸਾਬਤ ਸੂਰਤ ਕੀਤਾ ਜਾਵੇ ਅਤੇ ਪ੍ਰੇਰਣਾ ਦੇ ਕੇ ਪੰਜਾ ਕਕਾਰਾਂ ਦੀ ਰਹਿਤ ਵਿੱਚ ਪ੍ਰਪੱਕ ਕਰਕੇ ਗੁਰੂ ਵਾਲੇ ਬਣਾਇਆ ਜਾ ਸਕੇ ਇਨਾ ਸਾਰੇ ਪ੍ਰੋਗਰਾਮਾਂ ਦੇ ਨਾਲ-ਨਾਲ ਜਥੇ ਦੇ ਵਿਦਿਆਰਥੀ ਸਿੰਘਾਂ ਦੀ ਸੰਥਿਆ ਸਵੇਰੇ ਅਤੇ ਸ਼ਾਮ ਜ਼ਰੂਰ ਹੋਇਆ ਕਰਦੀ ਤਾਂ ਕਿ ਵਿਦਿਆਰਥੀ ਸਿੰਘ ਗੁਰਮਤਿ ਵਿਦਿਆ ਦੀ ਪੜ੍ਹਾਈ ਦਾ ਵੀ ਲਾਹਾ ਪ੍ਰਾਪਤ ਕਰ ਸਕਣ ਪਲਾਈ ਨਗਰ ਵਿਖੇ ਪ੍ਰੋਗਰਾਮ ਦਾ 8ਵਾਂ ਦਿਨ ਸੀ ਕਿ ਮੰਡਲਾ ਸ਼ਹਿਰ ਤੋਂ ਕੁਝ ਸਿੱਖ ਸੰਗਤਾਂ ਕਥਾ ਸੁਣਨ ਵਾਸਤੇ ਆਈਆਂ ਅਤੇ ਉਹਨਾਂ ਨੇ ਸੰਤਾਂ ਨੂੰ 2 ਦਿਨ ਮੰਡਲਾ ਸ਼ਹਿਰ ਵਿਖੇ ਕਥਾ ਸਮਾਗਮਾਂ ਲਈ ਬੇਨਤੀ ਕੀਤੀ ਸਾਂਤਾ ਨੇ ਉਹਨਾਂ ਨੂੰ 2 ਦਿਨ ਦਾ ਪ੍ਰੋਗਰਾਮ ਦੇ ਦਿੱਤਾ ਅਗਲੇ ਦਿਨ ਸ਼ਾਮ ਦੀ ਕਥਾ ਤੋਂ ਬਾਅਦ ਪਲਾਈ ਨਗਰ ਦੇ ਕੁਝ ਕੁ ਪ੍ਰਬੰਧਕਾਂ ਗੁਰਸਿੱਖਾਂ ਨੂੰ ਬੁਲਾ ਕੇ ਸਾਂਤਾ ਨੇ ਕਿਹਾ ਕਿ ਕੱਲ ਦੀ ਕਥਾ ਜਥੇਦਾ ਸਿੰਘ ਭਾਈ ਜਰਨੈਲ ਸਿੰਘ ਅਭਿਆਸੀ ਕਰੇਗਾ ਜਦੋਂ ਇਹ ਬਚਨ ਕਹੇ ਉਸ ਸਮੇਂ ਜਥੇ ਦੇ ਬਹੁਤ ਸਾਰੇ ਸਿੰਘ ਨਜ਼ਦੀਕ ਖੜੇ ਸਨ ਪਲਾਈ ਨਗਰ ਦੇ ਸਿੰਘਾਂ ਨੇ ਬੇਨਤੀ ਕੀਤੀ ਕਿ ਆਪ ਹੀ ਕਿਰਪਾ ਕਰੋ ਕਿਉਂਕਿ ਪ੍ਰੋਗਰਾਮਾਂ ਦੇ ਆਖਰੀ ਦਿਨ ਹਨ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪ੍ਰੋਗਰਾਮਾਂ ਦੀ ਹਾਜ਼ਰੀ ਭਰਨੀ ਹੈ ਤਾਂ ਸੰਤਾਂ ਨੇ ਸੰਗਤਾਂ ਨੂੰ ਕਿਹਾ ਕਿ ਅਸੀਂ 2 ਦਿਨ ਮੰਡਲਾ ਨਗਰ ਵਿਖੇ ਕਥਾ ਕੀਰਤਨ ਦਾ ਪ੍ਰੋਗਰਾਮ ਨਿਭਾਉਣਾ ਹੈ ਇਸ ਲਈ ਇੱਥੇ ਕਥਾ ਪਾਈ ਜਨ}{|\text{ਨੈਲ ਸਿੰਘ ਜੀ ਕਰਨਗੇ ਅਤੇ ਫਿਰ ਹਾਸਮੁਖ ਸੁਭਾਅ ਮੁਤਾਬਕ ਇਹ ਸ਼ਬਦ ਕਹੇ ਕਿ ਸਿੰਘੋ}} ਇਸ ਸਿੰਘ ਪਾਸੋਂ ਕਥਾ ਸੁਣਨ ਦਾ ਸੁਭਾਅ ਬਣਾਓ ਇਸ ਦੇ ਨਾਲ ਹੀ ਜਥੇ ਦੇ ਸਿੰਘਾਂ ਨੂੰ ਕਿਹਾ ਤਿਆਰੀ ਕਰੋ ਅਤੇ ਜਲਦੀ ਤੋਂ ਜਲਦੀ ਮੰਡਲਾ ਨਗਰ ਲਈ ਚਾਲੇ ਪਾਓ ਜਥੇ ਦੇ ਇੱਕ ਸਿੰਘ ਭਾਈ ਹੀਰਾ ਸਿੰਘ ਜੋ ਕਿ ਭਾਈ ਗੁਰਮੁਖ ਸਿੰਘ ਗੜਵਈ ਦੀ ਗੈਰ ਹਾਜ਼ਰੀ ਸਮੇਂ ਗੜਵਈ ਦੀ ਸੇਵਾ ਨਿਭਾਇਆ ਕਰਦੇ ਸੀ ਦੀ ਡਿਊਟੀ ਲੈ ਕੇ ਤੂੰ ਭਾਈ ਜਰਨੈਲ ਸਿੰਘ ਅਵਿਆਸੀ ਨਾਲ ਕਥਾ ਦਾ ਪਾਠ ਕਰਨਾ ਹੈ ਇਸ ਉਪਰੰਤ ਮਹਾਪੁਰਖ ਜਥੀ ਸਮੀਤ ਇਥੋਂ ਅਗਲੀ ਪੜਾ ਲਈ ਚੱਲ ਪਏ ਅਤੇ ਇਥੋਂ ਦੇ ਪ੍ਰਬੰਧਕ ਸਿੰਘ ਸ਼ਾਮ ਦੇ ਪ੍ਰੋਗਰਾਮ ਲਈ ਤਿਆਰੀਆਂ ਕਰਨ ਲੱਗੇ ਪ੍ਰਬੰਧਕ ਕੁਝ ਫਿਕਰਮੰਦ ਵੀ ਸਨ ਕਿ ਜੇਕਰ ਸੰਤ ਜੀ ਆਪ ਕਥਾ ਕਰਦੇ ਤਾਂ ਹੀ ਪੂਰਾ ਆਨੰਦ ਵੜਨਾ ਸੀ ਜੇ ਸਿੰਘ ਨੂੰ ਕਥਾ ਕਰਨ ਲਈ ਡਿਊਟੀ ਲਾ ਕੇ ਗਏ ਹਨ ਪਤਾ ਨਹੀਂ ਕਿ ਇਹ ਕਿੰਨੇ ਕੁ ਵਧੀਆ ਢੰਗ ਦੇ ਨਾਲ ਕਥਾ ਪ੍ਰੋਗਰਾਮ ਨੂੰ ਨਿਵਾ ਸਕਣਗੇ ਸ਼ਾਮ ਸਮੇਂ ਕਥਾ ਦੇ ਪ੍ਰੋਗਰਾਮ ਮੁਤਾਬਕ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚਣੀਆਂ ਸ਼ੁਰੂ ਹੋਈਆਂ ਅਤੇ ਗੁਰੂ ਕੀ ਬਾਣੀ ਦਾ ਕੀਰਤਨ ਆਰੰਭ ਹੋਇਆ। ਪਾਈ ਜਨੈਲ ਸਿੰਘ ਅਵਿਆਸੀ ਨੇ ਪਾਈ ਹੀਰਾ ਸਿੰਘ ਨੂੰ ਕਿਹਾ ਕਿ ਸੰਗਤਾਂ ਦਾ ਭਾਰੀ ਇਕੱਠ ਹੋਣਾ ਹੈ ਕਿ ਮੈਂ ਸੰਗਤਾਂ ਦੀ ਉਮੀਦ ਅਨੁਸਾਰ ਕਥਾ ਕਰ ਸਕਾਂਗਾ ਕਿਉਂਕਿ ਮੈਂ ਐਡੇ ਵੱਡੇ ਪ੍ਰੋਗਰਾਮ ਵਿੱਚ ਕਦੇ ਕਥਾ ਨਹੀਂ ਕੀਤੀ। ਇਸ ਲਈ ਪਾਈ ਹੀਰਾ ਸਿੰਘ ਜੀ ਤੁਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨਮੁਖ ਅਰਦਾਸ ਕਰੋ। ਕਿ ਉਹ ਆਪ ਹੀ ਆਪਣੇ ਸੇਵਕਾਂ ਦੀ ਲਾਜ ਰੱਖਣ ਤੇ ਆਪਣੇ ਕਥਾ ਪ੍ਰਚਾਰ ਆਪ ਹੀ ਕਰਵਾ ਲੈਣ ਇਸ ਤੇ ਸਵਾਭ ਕੀ ਭਾਈ ਹੀਰਾ ਸਿੰਘ ਨੇ ਕਿਹਾ ਕਿ ਸੰਤਾ ਮਹਾਪੁਰਖਾਂ ਨੂੰ ਤੁਹਾਡੀ ਉੱਪਰ ਭਰੋਸਾ ਹੈ ਤਾਂ ਹੀ ਤੁਹਾਡੀ ਕਥਾ ਦੀ ਡਿਊਟੀ ਲਾ ਕੇ ਗਏ ਹਨ ਬਾਕੀ ਜਦੋਂ ਆਪਾਂ ਸਮਾਗਮ ਵਿੱਚ ਜਾਵਾਂਗੇ ਤਾਂ ਸਤਿਗੁਰੂ ਜੀ ਦੇ ਸਾਧਮੁਖ ਅਰਦਾਸ ਵੀ ਜ਼ਰੂਰ ਕਰਾਂਗੇ ਕਿ ਸਤਿਗੁਰੂ ਜੀ ਆਪ ਹੀ ਕਿਰਪਾ ਕਰੋ ਇਹਨੇ ਨੂੰ ਕਥਾ ਕਰਨ ਦਾ ਸਮਾਂ ਹੋ ਗਿਆ ਭਾਈ ਜਰਨੈਲ ਸਿੰਘ ਅਵਿਆਸੀ ਅਤੇ ਭਾਈ ਹੀਰਾ ਸਿੰਘ ਸਤਿਗੁਰ ਜੀ ਨੂੰ ਮੱਥਾ ਟੇਕ ਕੇ ਤਾਬਿਆ ਵਿਖੇ ਸੱਜਗੇ ਕੀਰਤਨ ਦੀ ਸਮਾਪਤੀ ਉਪਰੰਤ ਸਟੇਜ ਤੋਂ ਇੱਕ ਸਿੰਘ ਨੇ ਦੱਸਿਆ ਕਿ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੰਗਤਾਂ ਦੀ ਬੇਨਤੀ ਮੰਨ ਕੇ ਮੰਡਲਾ ਨਗਰ ਚਲੇ ਗਏ ਹਨ ਅਤੇ ਇੱਥੇ ਹੁਣ ਪਾਈ ਜਨੈ ਜ ਸਿੰਘ ਜੀ ਕਥਾ ਕਰਨਗੇ ਜਿਨ੍ਹਾਂ ਦੀ ਡਿਊਟੀ ਸੰਤ ਜੀ ਆਪ ਲਾ ਕੇ ਗਏ ਹਨ ਇਸ ਉਪਰੰਤ ਕਥਾ ਆਰੰਭ ਹੋਈ ਪਾਈ ਹੀਰਾ ਸਿੰਘ ਜੀ ਨੇ ਹੁਕਮਨਾਮਾ ਲਿਆ तिलांग मोहल्ला नौवां काफी एक ओंकार सतगुरु प्रसाद चेतना है तो चेतले निस्दिन मैं प्राणी इस अस्तान ते संत ज्ञानी करतार सिंह जी खालसा रोजाना एक घंटा कथा करया करते सन इसी तरह आज भी उपरोक्त श्री मुखवाग दी एक घंटा कथा विचार ਪਾਈ ਜਰਨੈਲ ਸਿੰਘ ਅਵਿਆਸੀ ਨੇ ਸੁਣਾਈ ਸਤਿਗੁਰ ਜੀ ਦੀ ਕਿਰਪਾ ਨਾਲ ਸੰਗਤਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ 1 ਘੰਟਾ ਕਦੋਂ ਬੀਤ ਗਿਆ ਬਹੁਤੀ ਬਰਾਗਮਈ ਕਥਾ ਦੇ ਅਰਥ ਸਾਖੀਆਂ ਪ੍ਰਮਾਣ ਆਦ ਟਕਸਾਲੀ ਢੰਗ ਦੇ ਨਾਲ ਹੀ ਸੁਣਾਈ ਕਥਾ ਤੋਂ ਪ੍ਰੰਤ ਅਰਦਾਸ ਹੋਈ ਅਤੇ ਸੰਗਤਾਂ ਨੇ ਖੁਸ਼ੀਆਂ ਦੇ ਨਾਲ ਪਾਈ ਜਰਨੈਲ ਸਿੰਘ ਅਵਿਆਸੀ ਨੂੰ ਸਰੂਪਾਉ ਬਖਸ਼ਿਆ ਅਤੇ ਅਗਲੀ ਸਵੇਰ ਤਿੰਨ ਚਾਰ ਸਿੰਘ ਗੱਡੀ ਲੈ ਕੇ ਪਾਈ ਜਰਨੈਲ ਸਿੰਘ ਅਤੇ ਪਾਈ ਹੀਰਾ ਸਿੰਘ ਨੂੰ ਮੰਡਲਾ ਨਗਰ ਛੱਡਣ ਲਈ ਚਲੇ ਗਏ ਉੱਥੇ ਜਾ ਕੇ ਉਹਨਾਂ ਸੰਤਾਂ ਮਹਾਪੁਰਖਾਂ ਨੂੰ ਦੱਸਿਆ ਕਿ ਪਾਈ ਜਨੈਲ ਸਿੰਘ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਕਥਾ ਕੀਤੀ ਜਿਸ ਨਾਲ ਭਲਾਈ ਨਗਰ ਦੀਆਂ ਸੰਗਤਾਂ ਬਹੁਤ ਹੀ ਪਸੰਦ ਹੋਈਆਂ ਇਹਨਾਂ ਸਿੰਘਾਂ ਨੇ ਅਗਲੀ ਸਵੇਰ ਦਾ ਦੀਵਾਨ ਸੁਣਿਆ ਜਿਸ ਉਪਰੰਤ ਇਹ ਸਿੰਘ ਵਾਪਸ ਭਲਾਈ ਨਗਰ ਨੂੰ ਪਰਤ ਆਏ ਅਤੇ ਸੰਤ ਜੀ ਜਥੇ ਸਮੇਤ ਮੁੰਬਈ ਨੂੰ ਚਲੇ ਗਏ ਇਤਨੀਆਂ ਬੇਨਤੀਆਂ ਪ੍ਰਵਾਨ ਜੀ ਮਹਾਪੁਰਖਾਂ ਦੇ ਜੀਵਨ ਦਾ ਅਗਲਾ ਭਾਗ ਬਾਕੀ ਵੀਡੀਓਸ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ